ਬੇਨਤੀ ਕਰਦੇ ਮੈਮ, ਕਿਉਂਕਿ ਪਰਿਵਾਰ ਜਦੋਂ ਆਪਣਾ ਹੋਵੇ ਤਾਂ ਬਿਨ ਬੁਲਾਏ ਵੀ ਆ ਜਾਂਦਾ ਇਨਸਾਨ, ਅਤੇ ਇੱਥੇ ਆ ਕੇ ਆਪਣਾਪਨ ਸਾਨੂੰ ਮਹਿਸੂਸ ਹੁੰਦਾ ਹੈ, ਪੁੱਤਰਾਂ ਵਰਗਾ ਪਿਆਰ ਮਿਲਦਾ, ਸਾਹਿਬ ਜੀ ਕੋਲੋਂ ਹਮੇਸ਼ਾ ਹੀ ਮਿਲਦਾ ਹੈ, ਮਿਲ ਰਿਹਾ ਹੈ, ਆਸ ਹੈ ਮਿਲਦਾ ਰਹੇਗਾ। ਹੁਣੇ ਆਪਾਂ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਜੀ ਸਾਹਿਬਪੁਰੀ ਉਹਨਾਂ ਕੋਲੋਂ ਕੀਰਤਨ ਸਰਵਣ ਕੀਤਾ ਹੈ। ਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਫਰਮਾਨ ਹੈ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਅਤੇ ਅੱਜ ਯਾਦ ਜੁੜ ਬੈਠੇ ਹਾਂ ਬਾਬਾ ਹਰਬੰਸ ਸ਼ਾਹ ਸਿੰਘ ਜੀ ਦੀ ਮਿੱਠੀ ਯਾਦ ਵਿੱਚ। ਬੜਾ ਪਿਆਰਾ ਸ਼ਬਦ ਚਿੱਤ ਚੇਤੇ ਵਿੱਚ ਆਇਆ, ਕੇਵਲ 10 ਮਿੰਟ ਦਾਸ ਨੇ ਹਾਜ਼ਰੀ ਭਰ ਕੇ ਆਪ ਜੀ ਕੋਲੋਂ ਖੇਮਾ ਦੇ ਜਾਚਕ ਹੋਣਾ, ਕਿਉਂਕਿ ਅੰਮ੍ਰਿਤ ਵੇਲੇ ਦਾਸ ਦੀ ਆਸਾ ਕੀ ਵਾਰ ਗੁੜਗਾਓਂ ਸਾਊ ਸਿਟੀ ਵਿਖੇ ਮੈਂ ਉੱਥੇ ਜਾ ਕੇ ਹਾਜ਼ਰੀ ਭਰਨੀ ਹੈ। ਆਸਾ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਸਾਰੇ ਰਲ ਕੇ ਪੜ੍ਹੀ, ਕਿਉਂਕਿ ਅੱਜ ਉਹਨਾਂ ਦੀ ਯਾਦ ਵਿੱਚ ਜੁੜੀ ਹਾਂ ਜਿਨ੍ਹਾਂ ਨੇ ਆਪਣਾ ਜਨਮ ਤਾਂ ਸਫਲਾ ਕੀਤਾ ਹੀ ਕੀਤਾ, ਬਣਾਇਆ। ਅੱਜ ਉਹਨਾਂ ਦੀ ਯਾਦ ਵਿੱਚ ਜੁੜ ਕੇ ਅਨੇਕਾਂ ਹੀ ਪ੍ਰੇਰਨਾ ਲੈ ਰਹੇ ਨੇ, ਅਤੇ ਆਓ ਉਹਨਾਂ ਦੇ ਪ੍ਰਥਾਏ ਗੁਰੂ ਨਾਨਕ ਦੇ ਪਾਤਸ਼ਾਹ ਫਰਮਾਨ ਕਰਦੇ ਨੇ, ਸਤਿਗੁਰੂ ਬਚਨ ਕਰਦੇ ਨੇ, ਚੱਲਿਆ ਪਤ ਸਿਉ ਜਨਮ ਸਵਾਰ, ਵਾਜਾਂ ਵਾਏ ਸੀ ਮਾਨਸ ਕਿਆ ਵਿਚਾਰਾ, ਤੇ ਲੋਕ ਸੁਣਾਏ ਸੀ ਨਾਨਕ ਆਪ ਨੇ ਹਾਲ ਸਭ ਕੁਲ ਤਾਰ ਸੀ। ਕੇਵਲ ਇਸ ਇਲਾਕੇ ਵਿੱਚ ਨਹੀਂ, ਜਿੱਥੇ ਕਿੱਥੇ ਵੀ ਗੁਰੂ ਕੇ ਪਿਆਰਿਓ, ਇਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਰਿਵਾਰ ਦੀ ਜਿੱਥੇ ਕਿੱਥੇ ਦੁਨੀਆਂ ਦੇ ਵਿੱਚ ਜੈ ਜੈਕਾਰ ਹੋਈ ਹੈ, ਹੋ ਰਹੀ ਹੈ, ਹੁੰਦੀ ਰਹੇਗੀ ਹਮੇਸ਼ਾ। ਆਓ ਇਸ ਕਰਕੇ ਪਾਤਸ਼ਾਹ ਕਹਿੰਦੇ, ਇੱਕ ਲੋਕ ਵਿੱਚ ਨਹੀਂ ਤਿੰਨਾਂ ਲੋਕਾਂ ਵਿੱਚ ਉਹ ਬਾਣੀ ਪੜ੍ਹਨ ਵਾਲੇ ਨੂੰ ਸਲਾਹਿਆ ਜਾਂਦਾ, ਉਹ ਆਪਣਾ ਜੀਵਨ ਸਫਲਾ ਬਣਾ ਕੇ ਜਾਂਦੇ ਨੇ। ਆਓ ਗੁਰੂ ਅੱਗੇ ਅਰਦਾਸ ਕਰੀਏ, ਸਤਿਗੁਰੂ ਨਾਨਕ ਧੂੜ ਪੁਨੀਤ ਸਾਧ ਲੱਖ ਕੋਟ ਪਿਰਾਗੀ। ਗੁਰੂ ਪਾਤਸ਼ਾਹ ਤੁਸੀਂ ਆਪ ਸਾਨੂੰ ਸਮਝਾਉਂਦੇ ਹੋ ਕਿ ਗੁਰਮੁਖ ਜਨਾਂ ਦੀ ਧੂੜ ਕਰੋੜਾਂ ਤੀਰਥਾਂ ਦੇ ਮਹਾਨ ਉਹ ਸਰੋਵਰ ਨਾਲੋਂ ਪਵਿੱਤਰ ਹੈ, ਤੋ ਆਓ ਜੇਕਰ ਉਹਨਾਂ ਗੁਰਮੁਖਾਂ ਦੇ ਬਚਨਾਂ ਨੂੰ ਆਪਣੇ ਜੀਵਨ 'ਤੇ ਕਮਾਵਾਂਗੇ ਅਤੇ ਯਾਦਾਂ ਬਣਾਈਆਂ ਸਫਲੀਆਂ, ਕੇਵਲ ਅਤੇ ਕੇਵਲ ਆਓ 7-8 ਮਿੰਟ ਹਾਜ਼ਰੀ ਭਰਨੀ ਹੈ, ਕੜਿਓ ਰਸਨਾ ਨੂੰ ਪਵਿੱਤਰ ਸਾਰੇ ਕਰੋ ਕਿਰਪਾ ਜੀ। ਚੱਲਿਆ ਪਤ ਸਿਓ ਜਨਮ ਸਵਾਰ, ਵਾਜਾਂ ਵਾਏ ਸੀ ਚੱਲਿਆ ਪਤ ਸਿਓ ਜਨਮ ਸਵਾਰ, ਵਾਜਾਂ ਵਾਏ ਸੀ 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 ਵਾਜਾਂ ਵਾਏ ਸੀ। ਚੱਲਿਆ ਪਤ ਸਿਓ ਜਨਮ ਸਵਾਰ, ਵਾਜਾਂ ਵਾਏ ਸੀ ਚੱਲਿਆ ਪਤ ਸਿਓ ਜਨਮ ਸਵਾਰ, ਵਾਜਾਂ ਵਾਏ ਸੀ। ਪਾਂਡਾ ਹੱਚਾ ਸੋਏ ਜੋ ਤਿਸ ਭਾਵ ਸੀ ਜਮੋ, ਪਾਂਡਾ ਹੱਚਾ ਸੋਏ ਜੋ ਤਿਸ ਭਾਵ ਸੀ, ਪਾਂਡਾ ਅਤ ਮਲੀਨ ਤੋਤਾ ਹੱਚਾ
ਆਪਤ ਸਿਓ ਜਨਮ ਸਵਾਰ ਵਾਜਾ ਵਾਏ ਸੀ ਚਲਿਆ ਪਤ ਸਿਓ ਜਨਮ ਸਵਾਰ ਵਾਜਾ ਵਾਏ ਸੀ 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 ਚਲਿਆ ਪਤ ਸਿਓ ਜਨਮ ਵਾਜਾ ਵਾਏ ਸੀ ਚਲਿਆ ਪਾਤੀ ਸਿਓ ਜਨਮ ਸਵਾ ਵਾਜਾ ਵਾਏ ਸੀ ਗੁਰੂ ਦੁਆਰੇ ਹੋਏ ਸੋਜੀ ਪਾਏ ਸੀ ਗੁਰੂ ਦੁਆਰੇ ਏਤ ਦੁਆਰੇ ਤੋਏ ਹੱਚਾ ਹੋਏ ਸੀ ਏਤ ਦੁਆਰੇ ਹੱਚਾ ਹੋਏ ਸੀ ਚਲਿਆ ਪਤ ਸਿਓ ਜਨਮ ਵਾਜਾ ਵਾਏ ਸੀ ਚਲਿਆ ਪਾਤੀ ਸਿਓ ਜਨਮ ਸਵਾ ਵਾਜਾ ਵਾਏ ਸੀ 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 ਚਲਿਆ ਪਾਤ ਸਿਓ ਜਨਮ ਸਵਾ ਵਾਜਾ ਵਾਏ ਸੀ ਚਲਿਆ ਪਤ ਸਿਓ ਜਨਮ ਸਵਾ ਵਾਜਾ ਵਾਏ ਸੀ ਮੈਨੇ ਹੱਚੇ ਕਾ ਵਿਚਾਰ
ਕਰਿਓ। ਗੁਰੂ ਪਾਤਸ਼ਾਹ ਜੀ ਦੀ ਗੁਰਬਾਣੀ ਦਾ ਫਰਮਾਨ ਹੈ, ਸਫਲਿਓ ਸਤਿਗੁਰ ਸੇਵਿਆ, ਧਨ ਜਨਮ ਪ੍ਰਵਾਨ ਜਿਨ੍ਹਾਂ ਸਤਿਗੁਰ ਜੀਵਨ ਦੀਆਂ ਮੋਹਿਆਂ ਨਾ ਵਿਸਰੇ, ਸਹੀ ਪੁਰਖ ਸੁਜਾਨ ਕੁੱਲ ਉਧਾਰੇ ਆਪਣਾ, ਸੋ ਜਨ ਹੋਵੇ ਪ੍ਰਵਾਨ। ਗੁਰਮੁਖ ਮੂਹੇ ਜੀਵਨ ਦੇ ਪ੍ਰਵਾਨ ਹੈ, ਮਨਮੁਖ ਜਨਮ ਮਰਾਏ, ਨਾਨਕ ਮੂਹੇ ਨਾ ਆਖੀਏ ਜੇ ਗੁਰ ਕਹਿ ਸ਼ਬਦ ਸਮਾਈ। ਸਤਿਗੁਰ ਕਹਿੰਦੇ ਉਹਨਾਂ ਨੂੰ ਮੋਇਆ ਨਾ ਆਖੋ, ਕਿੱਥੇ ਨਹੀਂ ਗਏ ਅੱਜ ਵੀ ਗੁਰੂ ਕੇ ਪਿਆਰਿਓ। ਵੇਖੋ ਸੰਗਤ ਲਾਹਾ ਲੈ ਰਹੀ ਹੈ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ। ਮਾਲਕ ਕਿਰਪਾ ਕਰਨ ਸਮੁੱਚੇ ਸ਼ਾਹ ਪਰਿਵਾਰ ਨੂੰ, ਸ਼ਾਹ ਸਾਹਿਬ ਜੀ ਨੂੰ ਹੋਰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਇਹ ਅਖਾੜੇ ਲੱਗੇ ਰਹਿਣ। ਮਾਲਕ ਕਿਰਪਾ ਕਰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਪਾਤਰ, ਸਤਿਗੁਰੂ ਹਮੇਸ਼ਾ ਹੀ ਮਿਹਰ ਦਾ ਮੀਂਹ ਵਰਸਾਈ ਰੱਖਣ। ਸਤਿਗੁਰ ਕਿਰਪਾ ਕਰਨ ਇਸੇ ਤਰ੍ਹਾਂ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕਰਦੇ ਰਹਿਣ। ਸਾਡੀ ਇਹੀ ਅਰਦਾਸ ਹੈ ਗੁਰੂ ਸਤਿਗੁਰ ਇਹਨਾਂ ਨੂੰ ਚੜ੍ਹਦੀ ਕਲਾ ਦੇਹ ਰੋਗਤਾ ਦੀ ਸਤਿਗੁਰੂ ਸ਼ਾਹ ਸਾਹਿਬ ਜੀ ਨੂੰ ਦਾਤ ਬਖਸ਼ਿਸ਼ ਕਰਨ, ਇੰਨੀ ਹਾਜ਼ਰੀ ਪ੍ਰਵਾਨ ਕਰੋ। ਉਲਚੁਕ ਦੇ ਅਮਰਜੀਤ ਸਿੰਘ ਜੀ ਪਿੰਕੀ, ਮੈਂਬਰ ਸਾਹਿਬਾਨ, ਬੜੇ ਸਤਿਕਾਰਯੋਗ ਸਤਿਕਾਰਯੋਗ ਕਰਤਾਰ ਸਿੰਘ ਜੀ ਚਾਵਲਾ, ਵਿੱਕੀ ਵੀਰ ਜੀ, ਹੋਰ ਗੁਰਮੁਖ ਪਿਆਰੇ ਜਿੰਨੇ ਸਾਰੇ, ਹਨੀ ਵੀਰ ਜੀ, ਗੁਰਮੁਖ ਪਿਆਰੇ ਸਾਰਿਆਂ ਦਾ ਧੰਨਵਾਦ। ਕੋਟਾਨਕੋਟ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ। ਪੁਲਚੁਕ ਦੀ ਖੇਮਾ ਅਸੀਸ ਰੂਪੀ ਫਤਿਹ ਦੀ ਸਾਰੀ ਸੰਗਤ ਰਲ ਕੇ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ